ਅਕਾਲ, ਮੈਂ ਹਾਂ ਗੁਰਜੀਤ ਰਮਾਣਾ। ਪਿੰਡ ਦੀ ਪੰਚਾਇਤ ਵਿੱਚ ਆਪ ਜੀ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਫਰੀਦਕੋਟ ਦੇ ਪਿੰਡ ਪਿੰਡੀ ਬਲੋਚਾਂ ਵਿੱਚ। ਪਿੰਡੀ ਬਲੋਚਾਂ ਦੇ ਵਾਸੀਆਂ ਤੋਂ ਜਾਣਾਂਗੇ ਪਿੰਡ ਦੇ ਵਿੱਚ ਕੀ ਵਿਕਾਸ ਹੋਏ ਹਨ, ਕੀ ਵਿਕਾਸ ਹੋਣ ਵਾਲੇ ਹੈ ਔਰ ਕੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇੱਕ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੱਸ ਦਈਏ ਕਿ ਇਸ ਪਿੰਡ ਦੀ ਜਿਹੜੀ ਪੰਚਾਇਤ ਹੈ ਮੌਜੂਦਾ, ਉਹ ਪੂਰੀ ਦੀ ਪੂਰੀ ਜਿਹੜੇ 7 ਮੈਂਬਰ ਹੈ ਔਰ ਇੱਕ ਜਿਹੜਾ ਲੇਡੀ ਸਰਪੰਚ ਆ, ਉਹ ਸਰਬਸੰਮਤੀ ਨਾਲ ਜਿਹੜੀ ਉਹ ਬਣਾਈ ਗਈ ਹੈ। ਸਿੱਧੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਜਿਹੜੀ ਪਿੰਡ ਦੀ ਜਿਹੜੀ ਮੌਜੂਦਾ ਪੰਚਾਇਤ ਬਣੀ ਹੈ, ਉਹਨਾਂ ਦੇ ਜਿਹੜੀ ਲੇਡੀਜ਼ ਹੈ, ਉਹਨਾਂ ਦੇ ਜਿਹੜੇ ਪਤੀ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਨੂੰ ਜਿਹੜਾ ਲੋਕਾਂ ਦਾ ਰਿਸਪੋਂਸ ਰਿਹਾ ਔਰ ਕਿਉਂ ਉਹਨਾਂ ਨੂੰ ਜਿਹੜਾ ਸਰਬਸੰਮਤੀ ਨਾਲ ਚੁਣਿਆ ਗਿਆ। ਹਾਂਜੀ, ਕੀ ਨਾਮ? ਇਸ ਵਾਰ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ, ਬਹੁਤ ਚੰਗੀ ਗੱਲ ਆ। ਲੋਕਾਂ ਦਾ ਬਹੁਤ ਵਧੀਆ ਸਹਿਯੋਗ ਹੈ ਜੀ, ਸਾਰੇ ਪਿੰਡ ਦਾ ਹੀ ਸਾਡੇ ਨਾਲ। ਸਾਡੇ ਪਿੰਡ ਦੇ ਬਹੁਤ ਵਿਕਾਸ ਕਾਰਜ ਅਧੂਰੇ ਪਏ ਸੀਗੇ ਜੀ, ਉਹਨਾਂ ਲਈ ਲੋਕਾਂ ਨੇ ਨਵੇਂ ਯੂਥ ਨੂੰ ਪਹਿਲ ਦਿੱਤੀ ਹੈ ਕਿ ਇਸ ਵਾਰ ਯੂਥ ਦਾ ਇਲੈਕਸ਼ਨ ਸੀਗਾ। ਪਹਿਲਾਂ ਵੀ ਅਸੀਂ ਵਿੱਚ ਯੂਥ 'ਤੇ ਸੀ, ਕਾਂਗਰਸ ਦੇ ਅਹੁਦੇਦਾਰ। ਉਸ ਤੋਂ ਬਾਅਦ ਪਿੰਡਾਂ ਨੇ ਯੂਥ 'ਤੇ ਵਿਸ਼ਵਾਸ ਕੀਤਾ ਜੀ, ਢਿੱਲੋਂ ਸਾਹਿਬ 'ਤੇ ਵਿਸ਼ਵਾਸ ਕੀਤਾ ਜੀ, ਕੁਸ਼ਲਦੀਪ ਸਿੰਘ 'ਤੇ, ਵੀ ਸ਼ਾਇਦ ਇਸ ਵਾਰ ਪਿੰਡ ਦਾ ਵਿਕਾਸ ਹੋ ਜੇ, ਸਾਡੇ ਜਿਹੜੇ ਅਧੂਰੇ ਕਾਰਜ ਜਿਹੜੇ ਲਟਕਦੇ ਪਏ ਆ ਉਹ ਪੂਰੇ ਹੋ ਸਕਣ। ਰਮਨ ਜੀ, ਕਿੰਨੀ ਤੁਹਾਡੇ ਪਿੰਡ ਦੀ ਜਿਹੜੀ ਵੋਟ ਹੈ, ਕਿੰਨੀ ਆਬਾਦੀ ਹੈ ਔਰ ਲੋਕ ਤੁਹਾਡੇ ਤੋਂ ਕੀ ਉਮੀਦ ਰੱਖਣਗੇ, ਕੀ ਲੋਕਾਂ ਨੂੰ ਤੁਸੀਂ ਕਿੰਨਾ ਕੁ ਜਿਹੜਾ ਵਿਕਾਸ ਹੈ ਪਿੰਡ ਦਾ ਅਗਾਂਹ ਕਰੋਗੇ ਅਤੇ ਔਰ ਅੱਗੇ ਤੋਂ ਤੁਹਾਡਾ ਕੀ ਸਹਿਯੋਗ ਰਹੂਗਾ? ਮੇਰੇ ਪਿੰਡ ਦੀ ਕੁੱਲ ਵੋਟ 1235 ਵੋਟਾਂ ਜੀ, ਅਤੇ 1235 ਵੋਟ ਆ ਅਤੇ 1800 ਦੇ ਕਰੀਬ ਆਬਾਦੀ ਹੈ ਜੀ। ਸਾਡਾ ਛੋਟਾ ਜਿਹਾ ਪਿੰਡ ਆ ਜੀ, ਅਤੇ ਮੈਂ ਲੋਕਾਂ ਨੂੰ ਇਹੀ ਉਮੀਦ ਕਰਦਾ ਜੀ ਵੀ ਮੇਰਾ ਸਹਿਯੋਗ ਦੇਣ, ਮੈਂ ਵੱਧ ਤੋਂ ਵੱਧ ਵਿਕਾਸ ਕਰਾਂ ਜੀ ਪਿੰਡ ਦਾ, ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਲੋਕ ਇਹ ਕਹਿਣ ਵੀ ਗਾਂ ਤੋਂ ਯੂਥ ਨੂੰ ਹੀ ਪਹਿਲ ਦਿੱਤੀ ਜਾਵੇ ਜੀ। ਇਹ ਸਨ ਨੌਜਵਾਨ ਜਿਹੜੇ ਆਗੂ ਹੈ, ਇਹਨਾਂ ਦੀ ਜਿਹੜੀ ਵਾਈਫ ਹੈ ਉਹ ਪਿੰਡ ਦੀ ਜਿਹੜੀ ਸਰਬਸੰਮਤੀ ਨਾਲ ਜਿਹੜੇ ਸਰਪੰਚ ਬਣਾਏ ਗਏ ਹਨ। ਅਸੀਂ ਹੋਰ ਨਾਲ ਗੱਲਬਾਤ ਕਰਦੇ ਹਾਂ ਪਿੰਡ ਵਾਸੀ ਦੇ ਨਾਲ। ਕੀ ਨਾਮ ਜੀ ਤੁਹਾਡਾ? ਜਸਪਾਲ ਸਿੰਘ ਜੀ, ਸਾਬਕਾ ਸਰਪੰਚ। ਹਾਂਜੀ ਜਸਪਾਲ ਜੀ, ਤੁਹਾਡੇ ਪਿੰਡ ਦੇ ਵਿੱਚ ਜਿਹੜੇ ਹੁਣ ਤੱਕ ਕੀ ਤੁਸੀਂ ਵਿਕਾਸ ਕਰਵਾਏ ਹੈ ਔਰ ਕੀ ਤੁਹਾਡੀਆਂ ਜਿਹੜੀਆਂ ਹੁਣ ਵਿਕਾਸ ਹੋਣ ਵਾਲੇ ਰਹਿੰਦੇ ਆ ਔਰ ਜਿਹੜੀ ਨਵੀਂ ਪੰਚਾਇਤ ਆ, ਤੁਸੀਂ ਉਸ ਤੋਂ ਕੀ ਤੁਹਾਡੀ ਉਮੀਦ ਹੈ? ਸਾਡੀ ਇਹ ਉਮੀਦ ਆ ਵੀ ਸਰਕਾਰ ਵੱਧ ਤੋਂ ਵੱਧ ਗ੍ਰਾਂਟ ਦੇਵੇ ਸਰਪੰਚ ਨੂੰ ਅਤੇ ਵੱਧ ਤੋਂ ਵੱਧ ਇਹ ਆਪਣਾ ਪਿੰਡ ਦਾ ਵਿਕਾਸ ਕਰੇ ਜੀ। ਅਤੇ ਸਾਡੇ ਤਾਂ ਪਹਿਲੀ ਗੱਲ ਤਾਂ ਲਿੰਕ ਸੜਕਾਂ ਬਹੁਤ ਚੇਰੀ ਹੋ ਗਿਆ, ਹਰ ਸਰਕਾਰ ਨੂੰ ਅਸੀਂ ਕਹਿੰਦੇ ਸਾਡੇ ਲਿੰਕ ਸੜਕ ਹੀ ਕੋਈ ਨਹੀਂ ਬਣੀ ਪਿੰਡ ਦੇ ਵਿੱਚ ਜੀ, ਅਤੇ ਲਿੰਕ ਸੜਕਾਂ ਬਣਨੀਆਂ ਚਾਹੀਦੀਆਂ ਜੀ। ਹੋਰ ਵਾਟਰ ਬਾਕਸ ਅਸੀਂ ਬਣਵਾਇਆ ਅਕਾਲੀ ਸਰਕਾਰ ਦੇ ਵਿੱਚ, ਅਤੇ ਹੋਰ ਗਲੀਆਂ ਨਾਲੀਆਂ ਪੱਕੀਆਂ ਹੋਈਆਂ ਪਈਆਂ ਬਾਹਲੀਆਂ, ਤਾਂ ਸਾਡੇ ਸੜਕਾਂ ਦਾ ਰਹਿੰਦਾ ਜੀ ਕੰਮ, ਇੱਕ ਫਿਰਨੀ ਸਾਰੀ ਪੱਕੀ ਹੋਣੀ ਜੀ। ਸੁਣਿਆ ਤੁਸੀਂ ਨਾਲ ਸਾਡੇ ਇੱਕ ਨੌਜਵਾਨ ਆਗੂ ਆ, ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਪਿੰਡ ਦੇ ਵਿੱਚ ਜਿਹੜੇ ਵਿਕਾਸ ਹੋਏ ਹਨ ਜਾਂ ਹੋਣ ਵਾਲੇ ਰਹਿੰਦੇ ਹਨ, ਨੌਜਵਾਨਾਂ ਵਾਸਤੇ ਕੀ ਜਿਹੜਾ ਸਰਕਾਰਾਂ ਨੇ ਕੀਤਾ ਜਾਂ ਪਿੰਡ ਦੀ ਪੰਚਾਇਤ ਨੇ ਪਿਛਲੇ ਨੇ ਕੀ ਕੀਤਾ? ਹਾਂਜੀ, ਕੀ ਨਾਮ ਤੁਹਾਡਾ? ਮੈਂ ਭੁਪਿੰਦਰ ਸਿੰਘ। ਹਾਂਜੀ, ਠੀਕ ਹੈ। ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਿੰਡ ਰਲ ਮਿਲ ਕੇ ਚੱਲੇ ਜੀ। ਜਿਵੇਂ ਇਸ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਮੁਸ਼ਕਲ ਆਉਂਦੀ ਹੁੰਦੀ ਸੀ ਕਿ ਧੜੇਬੰਦੀ ਦੀ ਬਹੁਤ ਵੱਡੀ ਮੁਸ਼ਕਲ ਸੀ। ਅਸੀਂ ਕਦੇ ਇਸ ਤਰ੍ਹਾਂ ਸੋਚਦੇ ਹੁੰਦੇ ਸੀ ਕਿ ਸਾਡੇ ਪਿੰਡ 'ਚ ਵੀ ਕਦੇ ਸਰਬਸੰਮਤੀ ਵਰਗਾ ਕੰਮ ਹੋਵੇ, ਅਤੇ ਇਸ ਵਾਰ ਬਹੁਤ ਵਧੀਆ ਹੋਇਆ ਜੀ। ਸਾਰੇ ਲੋਕਾਂ ਨੇ ਰਲ ਮਿਲ ਕੇ, ਸਾਰੇ ਪਿੰਡ ਨੇ ਇਹ ਸਰਪੰਚ ਚੁਣਿਆ ਜੀ, ਇਸ ਕਰਕੇ ਬਹੁਤ ਉਮੀਦਾਂ ਨੇ ਜੀ। ਹਾਂਜੀ, ਤੁਹਾਡਾ ਨਾਂ ਕੀ ਹੈ ਜੀ? ਕੀ ਨਾਂ ਤੁਹਾਡਾ ਜੀ? ਇੰਦਰਜੀਤ ਸਿੰਘ ਜੀ। ਇੰਦਰਜੀਤ ਸਿੰਘ ਜੀ, ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਤੁਸੀਂ ਸਾਰੇ ਪਿੰਡ ਦੇ ਸਹਿਯੋਗ ਨਾਲ ਜਿਹੜੀ ਪੰਚਾਇਤ ਬਣੀ ਹੈ, ਤੁਸੀਂ ਨੌਜਵਾਨ ਹੋ, ਇਸ ਜਿਹੜਾ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਵੀ ਤੁਸੀਂ ਇੱਕ ਹਿਸਾਬ ਦੇ ਨਾਲ ਜਿਹੜੀ ਯੂਥ ਨੂੰ ਚੁਣਿਆ ਗਿਆ, ਕੀ ਉਮੀਦਾਂ ਤੁਹਾਡੀਆਂ ਨਵੀਂ ਪੰਚਾਇਤ ਤੋਂ ਅਤੇ ਜਿਹੜੀ ਪੁਰਾਣੀ ਪੰਚਾਇਤ ਸੀ ਉਹਨਾਂ ਵੱਲੋਂ ਕੀ ਤੁਹਾਡੇ ਪਿੰਡ ਦੇ ਵਿਕਾਸ ਕੀਤੇ ਅਤੇ ਕੀ ਨਹੀਂ ਕੀਤੇ? ਨਹੀਂ, ਪਿੰਡ ਦੀ ਪੁਰਾਣੀ ਪੰਚਾਇਤ ਸੀ, ਵਧੀਆ ਵਿਕਾਸ ਕੀਤੇ ਉਹਨਾਂ ਨੇ, ਜਿੰਨੀ ਕੁ ਗ੍ਰਾਂਟ ਸਰਕਾਰ ਤੋਂ ਮਿਲੀ ਉਹਨਾਂ ਨੇ ਪਿੰਡ ਦੇ ਵਿੱਚ ਲਾਈ, ਵਾਟਰ ਵਰਕਸ ਵਗੈਰਾ ਬਣਾਇਆ, ਸੀਵਰੇਜ ਦਾ ਵਧੀਆ ਸਿਸਟਮ ਆ ਸਾਡੇ ਪਿੰਡ ਦੇ ਵਿੱਚ, ਔਰ 50% ਗਲੀਆਂ ਦੀ ਪ੍ਰੋਬਲਮ ਹੈਗੀ ਆ, ਫਿਰਨੀ ਸਾਡੇ ਪਿੰਡ ਦੀ ਕਾਫੀ ਹੱਦ ਤੱਕ ਮਾੜੀ ਆ, ਪਿੰਡ ਨੂੰ ਕੋਈ ਲਿੰਕ ਸੜਕ ਨਹੀਂ ਹੈਗੀ ਜੀ, ਪਿੰਡ ਕਾਫੀ ਲੱਗਦੇ ਆ, 2-2 ਕਿਲੋਮੀਟਰ ਦੇ ਟੋਟੇ ਆ ਸਾਡੇ ਕਾਫੀ ਬਣਨ ਵਾਲੇ, ਜੇ ਕੋਈ 1-2 ਜ਼ਰੂਰ ਬਣਨੇ ਚਾਹੀਦੇ ਆ। ਨਵੀਂ ਸਰਕਾਰ ਨੂੰ ਚਾਹੀਦਾ ਵੀ ਉਹ ਗ੍ਰਾਂਟ ਦੇਵੇ, ਪਿੰਡ ਦਾ ਜਿਹੜਾ ਸਰਪੰਚ ਆ ਇਹਦੇ ਨਾਲ ਸਾਰਾ ਪਿੰਡ ਸਹਿਯੋਗ ਕਰੂ। ਸਾਡੇ ਨਾਲ ਮਾਤਾ ਜੀ ਨਾਲ ਹੈ ਨੇ ਮੌਜੂਦ ਪਿੰਡ ਦੇ ਵਾਸੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ, ਸਭ ਤੋਂ ਵੱਡੀ ਗੱਲ ਹੁੰਦੀ ਹੈ ਪਿੰਡਾਂ ਦੇ ਵਿੱਚ ਪਾਣੀ ਦੀ ਹੁੰਦੀ ਹੈ,
ਇਹ ਪਿੰਡ ਨੂੰ ਪਾਣੀ ਦਾ ਜਿਹੜਾ ਕਿੰਨਾ ਕੁ ਵਧੀਆ ਪਾਣੀ ਆ ਤੁਹਾਡੇ ਦੇ ਵਿੱਚ, ਕੀ ਜਿਹੜੀਆਂ ਸਰਪੰਚਾਂ ਜਿਹੜੀਆਂ ਇਹ ਤੋਂ ਪਹਿਲਾਂ ਪੰਚਾਇਤਾਂ ਆਈਆਂ ਉਹਨਾਂ ਨੇ ਕਿੰਨਾ ਕੁ ਪਿੰਡ ਦਾ ਵਿਕਾਸ ਕੀਤਾ, ਜਿਹੜੀ ਹੁਣ ਨਵੀਂ ਪੰਚਾਇਤ ਬਣੀ ਹੈ ਉਹ ਤੋਂ ਤੁਸੀਂ ਕੀ ਉਮੀਦ ਹੈ ਤੁਹਾਡੀ? ਕੀ ਨਾਮ ਆ ਤਾਂ ਜੀ? ਬਾਬਜੀਤ ਕੌਰ ਜੀ। ਕੀ ਕਹਿਣਾ ਚਾਹੁੰਦੇ ਤੁਸੀਂ? ਪਹਿਲੀ ਵਿਚਾਰੇ ਬਹੁਤ ਚੰਗੇ ਕੰਮ ਕੀਤੇ ਜੀ, ਪਾਣੀ ਵਧੀਆ ਸਾਨੂੰ ਮਿਲਦਾ ਵੱਟ ਵਸਦਾ ਜੀ। ਹਾਂਜੀ, ਹੁਣ ਵੀ ਗਾਂਹ ਵੀ ਦੂਜਾ ਵਧੀਆ ਕੰਮ ਕਰਨਗੇ, ਵਧੀਆ ਸਹਿਯੋਗ ਦੇਣਗੇ ਜੀ। ਹਾਂ, ਅੱਗੇ ਗੱਲਬਾਤ ਕਰਦੇ ਹਾਂ। ਭੈਣ ਜੀ, ਤੁਹਾਡੇ ਪਿੰਡ ਦੇ ਵਿੱਚ ਨਵੀਂ ਪੰਚਾਇਤ ਇਸ ਟਾਈਮ ਬਣੀ ਹੈ, ਔਰ ਜਿਹੜੀਆਂ ਪਿੱਛੇ ਮੈਂ ਦੇਖ ਕੇ ਆਇਆ, ਸਾਨੂੰ ਵੇਖਿਆ ਕਿ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਦਾ ਵੀ ਬੁਰਾ ਹਾਲ ਹੈ, ਜਿਹੜਾ ਪਾਣੀ ਪਿੰਡ ਦਾ ਨਿਕਾਸ ਹੈ ਉਹ ਵੀ ਕੋਈ ਬਾਹਲਾ ਨਹੀਂ, ਪਿੰਡ ਦੇ ਪਾਣੀ ਦੇ ਨਿਕਾਸ ਹੋਇਆ ਕੋਈ। ਅਤੇ ਕੀ ਕਹਿਣਾ ਚਾਹੁੰਦੇ ਤੁਸੀਂ, ਕੀ ਨਾਂ ਤੁਹਾਡਾ? ਕਹਿਣਾ ਚਾਹੁੰਦੇ ਹੋ ਜੀ, ਗਰੀਬਾਂ ਦੀ ਵੱਧ ਤੋਂ ਵੱਧ ਮਦਦ ਦਿੱਤੀ ਜਾਵੇ, ਗਰੀਬਾਂ ਨੂੰ ਮਰਲੇ ਮਿਲ ਜਾਣ, ਅਤੇ ਗਰੀਬਾਂ ਵਾਸਤੇ ਜਿਹੜਾ ਕੰਮ ਆਉਂਦਾ ਉਹ ਬੰਦ ਹੋ ਜਾਂਦਾ, ਉਹ ਚੱਲਣਾ ਚਾਹੀਦਾ। ਜਿਹੜੀਆਂ ਪਹਿਲਾਂ ਪੰਚਾਇਤਾਂ ਸੀ ਉਹਨਾਂ ਵੱਲੋਂ ਤੁਹਾਡੇ ਵਾਸਤੇ ਇਹ ਉਪਰਾਲੇ ਨਹੀਂ ਕੀਤੇ ਗਏ? ਨਹੀਂ ਜੀ, ਕੀਤੇ ਗਏ ਨੇ, ਉਪਰਾਲੇ ਕਿਉਂ ਨਹੀਂ ਕੀਤੇ ਗਏ? ਉਪਰਾਲੇ ਕੀਤੇ ਗਏ ਪਰ ਸਾਨੂੰ ਪੰਜ ਪੰਜ ਮਰਲੇ ਥਾਂ ਨਹੀਂ ਮਿਲਿਆ ਇੱਥੋਂ। ਹਾਂਜੀ, ਹੁਣ ਤੁਸੀਂ ਗਰੀਬਾਂ 'ਤੇ ਇਹੀ ਆਸ ਹੈ ਸਰ ਵੀ ਸਾਡੇ ਨਾਲ ਸਾਨੂੰ ਵਧੀਆ ਰਮਨਦੀਪ ਲੱਗਿਆ, ਅਸੀਂ ਉਹਨੂੰ ਸਾਰੇ ਵਿਹੜੇ ਨੇ ਸਾਰੇ ਪਿੰਡ ਨੇ ਵਧੀਆ ਚੁਣਿਆ ਹੈਗਾ, ਸਾਨੂੰ ਮੁੰਡਾ ਇੱਜ਼ਤ ਪੱਖੋਂ ਵੀ ਪਿਆਰ ਮੁਹੱਬਤ ਵੰਨੂਆਂ ਵੀ ਵਧੀਆ, ਸਾਨੂੰ ਸਾਡੇ ਗਰੀਬਾਂ ਦੇ ਸਾਰੇ ਕੰਮ ਹੋਣੇ ਚਾਹੀਦੇ। ਮਾਤਾ ਜੀ, ਤੁਹਾਡਾ ਨਾਂ ਕੀ ਹੈ? ਜਿਹੜੀ ਪਿੰਡ ਦੀ ਪੰਚਾਇਤ ਪਿਛਲੀ ਪਿੰਡ ਦੀ ਪੰਚਾਇਤ ਸੀ ਉਹਦੇ ਵੱਲੋਂ ਪੈਨਸ਼ਨਾਂ ਬਾਰੇ ਕੀ ਹੈ? ਪੈਨਸ਼ਨਾਂ ਪਿੰਡ ਨੂੰ ਸਾਰਿਆਂ ਨੂੰ ਮਿਲਦੀਆਂ ਕਿ ਲਗਾਈਆਂ? ਮਿਲਦੀਆਂ, ਪੈਨਸ਼ਨਾਂ ਵੀ ਮਿਲਦੀਆਂ, ਹੋਰ ਵੀ ਸਾਰੇ ਕੰਮ ਹੁੰਦੇ ਆ, ਅਤੇ ਬਸ ਆ ਕਲੋਨੀਆਂ ਦਾ ਅਤੇ ਗਰੀਬਾਂ ਦਾ ਕੋਈ ਕੰਮ ਚੱਲਣਾ ਚਾਹੀਦਾ, ਬਸ ਸਾਨੂੰ ਸਾਰੇ ਠੀਕ ਠਾਕ ਆ। ਅਗਲੇ ਸਰਪੰਚ ਵੀ ਵਧ ਗਿਆ ਸੀ, ਹੁਣ ਵਾਲੇ ਵੀ ਵਧ ਗਿਆ, ਇਹ ਮੁੰਡੇ ਨੇ ਸਾਰੇ ਸੁੱਖ ਨਾਲ ਕੰਮ ਕਰਨੇ ਚਾਹੀਦੇ। ਸਾਡੇ ਨਾਲ ਇੱਧਰ ਪਿੰਡ ਵਾਸੀ ਹੋਰ ਵੀ ਜਿਹੜੇ ਖੜ੍ਹੇ ਹਨ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਨਾਂ ਜੀ ਤੁਹਾਡਾ? ਜਵਰਜੰਗ ਸਿੰਘ ਜੀ। ਜਵਰਜੰਗ ਸਿੰਘ ਜੀ, ਪਿੰਡਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੁੰਦੀ ਹੈ ਪ੍ਰੋਬਲਮ ਜਿਹੜੀ ਅਵਾਰਾ ਪਸ਼ੂਆਂ ਦੀ ਹੁੰਦੀ ਹੈ, ਤੁਹਾਡੇ ਪਿੰਡ ਦੇ ਵਿੱਚ ਜਿਹੜੇ ਅਵਾਰਾ ਪਸ਼ੂ ਹੈ ਉਹਨਾਂ ਦਾ ਕਿੰਨਾ ਕੁ ਰੋਲ ਹੈ, ਔਰ ਪਿੰਡ ਦੀਆਂ ਜਿਹੜੀਆਂ ਪੰਚਾਇਤਾਂ ਪਹਿਲਾਂ ਰਹੀਆਂ ਉਹਨਾਂ ਨੇ ਅਵਾਰਾ ਪਸ਼ੂਆਂ ਵਾਸਤੇ ਕਿੰਨਾ ਕੁ ਜਿਹੜਾ ਕਾਰਗਰ ਸਿੱਧ ਹੋਈ ਪੰਜਾਬ? ਸਾਡੇ ਜੀ, ਸਾਡੇ ਪਿੰਡ ਦੇ ਲੋਕ ਤਾਂ ਬਹੁਤ ਵਧੀਆ ਜੀ, ਕੋਈ ਪਸ਼ੂ ਅਵਾਰਾ ਨਹੀਂ ਛੱਡਦੇ, ਪਰ ਜੇ ਬਾਹਰੋਂ ਆ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਨਾ ਜੀ, ਹੁਣ ਸਾਡੇ ਗੋਲੇ ਵਾਲੇ ਬਣੀ ਆ ਗਊਸ਼ਾਲਾ ਜੀ, ਅਤੇ ਉੱਥੋਂ ਪਰਚੀ ਮਿਲਦੀ ਸਰਕਾਰ ਦੇ ਨਾਂ 'ਤੇ, ਅਤੇ ਉਹ ਉੱਥੇ ਇਕੱਠੇ ਕਰਕੇ ਛੱਡ ਕੇ ਆਉਂਦੇ ਜੀ। ਪ੍ਰੋਬਲਮ ਜਦੋਂ ਪੈਂਦੀ ਆ ਅਵਾਰਾ ਪਸ਼ੂਆਂ ਦੀ, ਬਾਹਰੋਂ ਹੀ ਪਸ਼ੂ ਲੋਕ ਛੱਡ ਕੇ ਜਾਂਦੇ ਜੀ, ਸਾਡੇ ਪਿੰਡ 'ਚੋਂ ਅਵਾਰਾ ਪਸ਼ੂ ਨਹੀਂ ਕੋਈ ਵੀ ਬੰਦਾ ਛੱਡਦਾ ਜੀ। ਤੁਹਾਡੇ ਹੁਣ ਪਿੰਡ ਨੇ ਬਹੁਤ ਵਧੀਆ ਗੱਲ ਕੀਤੀ ਹੈ, ਜਿਹੜੀ ਸਮੁੱਚੀ ਸਾਰੀ ਪੰਚਾਇਤ ਹੈ ਜਿਹੜੀ ਉਹ ਸਰਬਸੰਮਤੀ ਨਾਲ ਚੁਣੀ ਹੈ, ਹੁਣ ਜਿਹੜੀ ਨਵੀਂ ਪੰਚਾਇਤ ਆ ਉਹ ਤੋਂ ਤੁਸੀਂ ਕੀ ਉਮੀਦਾਂ ਰੱਖਦੇ ਹੋ? ਅਸੀਂ ਇਹ ਉਮੀਦਾਂ ਰੱਖਦੇ ਹਾਂ ਜੀ, ਵਿਕਾਸ ਜਿਹੜਾ ਪਿੰਡ ਦਾ, ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਣ ਸਰਪੰਚ ਸਾਹਿਬ, ਤਾਂ ਕਿ ਅੱਗੇ ਤੋਂ ਵੀ ਮਿਸਾਲ ਬਣੇ, ਗਾਂਹ ਵੀ ਸਰਬਸੰਮਤੀ ਹੋਵੇ, ਪਿੰਡ ਦੇ ਲੋਕ ਕਹਿਣ ਕਿ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਬਹੁਤ ਵਧੀਆ ਕੰਮ ਕਰਦੀਆਂ। ਅਤੇ ਇੱਕ ਗੱਲ ਮੇਰੀ ਸਰਕਾਰ ਤੱਕ ਇਹ ਆ ਜੀ, ਸਾਡਾ ਪਿੰਡ ਆਇਆ ਸੀ ਸੁੰਦਰ ਗ੍ਰਾਮ ਸਕੀਮ ਅਧੀਨ, ਅਤੇ ਜਿਹੜੀਆਂ ਸੁੰਦਰ ਗ੍ਰਾਮ ਸਕੀਮ ਅਧੀਨ ਸਕੀਮਾਂ ਆਉਂਦੀਆਂ ਜੀ, ਉਹ ਸਾਰੀਆਂ ਨਹੀਂ ਮਿਲੀਆਂ, ਉਹ ਵੀ ਦੁਬਾਰਾ ਸਾਨੂੰ ਮਿਲਣੀਆਂ ਚਾਹੀਦੀਆਂ ਜਿਹੜੀਆਂ ਰਹਿ ਗਈਆਂ ਜੀ। ਹਾਂਜੀ, ਸਾਡੇ ਨਾਲ ਹੋਰ ਇੱਕ ਮੌਜੂਦ ਹੈ, ਤੁਹਾਡਾ ਕੀ ਨਾਂ ਜੀ? ਜੰਗ ਸਿੰਘ। ਜੰਗ ਸਿੰਘ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਹੜਾ ਇਸ ਟਾਈਮ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ, ਜਿਹੜੀ ਆਪਣਾ ਨੌਜਵਾਨ ਤਬਕਾ ਜਿਹੜਾ ਉਹ ਵਿਦੇਸ਼ਾਂ 'ਚ ਜਾ ਰਿਹਾ, ਕੀ ਕਾਰਨ ਮੰਨਦੇ ਹੋ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਉਹ ਆਪਣੇ ਨੌਜਵਾਨਾਂ ਵਾਸਤੇ ਕੁਛ ਨਹੀਂ ਕੀਤਾ ਜਾਂਦਾ, ਜਾਂ ਸਰਕਾਰਾਂ ਦਾ ਇਹ ਹੈਗੀ ਹੈ ਵੱਡੀ ਕੋਈ ਪ੍ਰੋਬਲਮ ਹੈ, ਕੀ ਮੰਨਦੇ ਹੋ ਇਹਦੇ ਬਾਰੇ? ਸਰਕਾਰਾਂ ਦੀ ਨੌਜਵਾਨਾਂ ਨੂੰ ਨੌਕਰੀ ਮਿਲੇ, ਆਪੇ ਬਾਹਰ ਨਾ ਜਾਣ, ਜਿੰਨੇ ਪੜ੍ਹੇ ਲਿਖੇ ਬਾਹਰ ਇਸ ਕਰਕੇ ਜਾਂਦੇ, ਇੱਧਰ ਕੋਈ ਨੌਕਰੀ ਦਾ ਸਿਸਟਮ ਨਹੀਂ ਬਣ ਰਿਹਾ ਉਹਨਾਂ ਦਾ। ਤੁਹਾਡੇ ਪਿੰਡ ਵੱਲੋਂ ਜਿਹੜੀ ਇੱਕ ਇਸ ਵਾਰ ਜਿਹੜੀ ਪੰਚਾਇਤ ਬਣਾਈ ਗਈ ਹੈ ਉਹ ਵੀ ਯੰਗ ਪੰਚਾਇਤ ਬਣਾਈ ਗਈ ਹੈ, ਕੀ ਮੰਨਦੇ ਹੋ ਕਿ ਜੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅੱਗੇ ਲਿਆਂਦਾ ਜਾਵੇ ਤਾਂ ਕਿੰਨੀ ਕੁ ਕਾਮਯਾਬੀ ਮਿਲ ਸਕਦੀ ਹੈ? ਬਹੁਤ ਕਾਮਯਾਬੀ ਮਿਲੂਗੀ ਜੀ, ਨੌਜਵਾਨ ਵੱਧ ਤੋਂ ਵੱਧ ਕੰਮ ਕਰਨਗੇ। ਹਾਂਜੀ, ਕੀ ਨਾਂ ਜੀ ਤੁਹਾਡਾ? ਨੈਬ ਸਿੰਘ। ਨੈਬ ਸਿੰਘ ਜੀ, ਤੁਹਾਡੇ ਪਿੰਡ ਦਾ ਜਿਹੜਾ ਅਸੀਂ ਪਹਿਲਾਂ ਦੇਖਿਆ ਥੋੜ੍ਹਾ ਜਿਹਾ ਵਿਕਾਸ ਬਹੁਤ ਘੱਟ ਹੋਇਆ, ਜਿਹੜਾ ਪਿੰਡ ਦੇ ਪਾਣੀ ਦਾ ਖਾਸ ਕਰਕੇ ਜੇ ਆਪਾਂ ਲੈ ਲਈਏ ਤਾਂ ਪਿੰਡ ਦੇ ਪਾਣੀ ਦੇ ਜਿਹੜਾ ਨਿਕਾਸ ਹੈ ਉਹਦੀ ਕਾਫੀ ਪ੍ਰੋਬਲਮ ਲੱਗਦੀ ਹੈ, ਪਿਛਲੀਆਂ ਪੰਚਾਇਤਾਂ ਵੱਲੋਂ ਕੀ ਰੋਲ ਨਿਭਾਇਆ ਗਿਆ ਅਤੇ ਹੁਣ ਕੀ ਆਸ ਰੱਖਦੇ ਹਾਂ? ਕਿ ਸਾਡੀਆਂ ਨਾਲੀਆਂ ਬਹੁਤ ਖਰਾਬ ਆ ਜੀ, ਤੁਸੀਂ ਇੱਧਰ ਨਾ ਕੇ ਆਏ ਹਾਂ ਅਤੇ ਕੋਈ ਇਹ ਨਾਲੀਆਂ ਦਾ ਕੋਈ ਉੱਤੋਂ ਨਾ ਹੀ ਪੈਸਾ ਆਇਆ, ਅਤੇ ਨਾ ਜੇ ਪੈਸਾ ਆਉਂਦਾ ਤਾਂ ਫਿਰ ਹੀ ਇਹਨਾਂ ਨੇ ਲਾਉਣਾ ਸੀ, ਪੈਸਾ ਕੋਈ ਲੱਗਿਆ ਅਤੇ ਨਾਲੀਆਂ ਬਣੀਆਂ ਨਹੀਂ ਸਾਡੇ। ਹੁਣ ਨਵੀਂ ਪੰਚਾਇਤ ਬਣਾਈ ਹੈ, ਸਰਬਸੰਮਤੀ ਨਾਲ ਬਣਾਈ ਹੈ, ਕੀ ਉਮੀਦਾਂ ਲਾ ਕੇ ਬਣਾਈ ਹੈ ਤੁਸੀਂ? ਹਾਂਜੀ, ਇਹ ਰਮਨਜੀਤ ਸਿੰਘ ਮੇਰਾ ਭਤੀਜਾ ਹੀ ਹੈ, ਇਹਨੂੰ 10 ਸਾਲ ਹੋ ਗਏ ਕਾਂਗਰਸ ਢਿੱਲੋਂ ਸਾਹਿਬ ਉਹਨਾਂ ਸਾਥ ਦਿੰਦੇ ਸੀ, ਇਹ ਕਿ ਸਾਰੇ ਪਿੰਡ ਨੇ ਸਾਨੂੰ ਸਾਥ ਦਿੱਤਾ ਅਤੇ ਰਮਨਜੀਤ ਨੂੰ ਮਿਲੀ ਹੈ ਅਤੇ ਸਾਰੇ ਪਿੰਡ ਦਾ ਵਿਕਾਸ ਸਹੀ ਸਹੀ ਕਰਨ।
ਕੀ ਨਾਮ ਜੀ ਤੁਹਾਡਾ? ਮਕਾਨ ਸਿੰਘ ਜੀ। ਮਕਾਨ ਸਿੰਘ ਜੀ, ਤੁਹਾਡੇ ਪਿੰਡ ਦੀਆਂ ਕੀ ਇਦੋਂ ਪਹਿਲਾਂ ਤੁਹਾਨੂੰ ਮੁਸ਼ਕਲਾਂ ਆ ਰਹੀਆਂ, ਕਿੰਨੇ ਕੁ ਕੰਮ ਆ ਜਿਹੜੇ ਤੁਹਾਡੇ ਪਿੰਡ ਦਾ ਵਿਕਾਸ ਹੋਇਆ, ਔਰ ਕਿੰਨਾ ਕੁ ਜਿਹੜਾ ਪਿੰਡ ਦਾ ਵਿਕਾਸ ਬਾਕੀ ਹੈ, ਅਤੇ ਕੀ ਹੁਣ ਅੱਗੇ ਨਵੀਂ ਪੰਚਾਇਤ ਤੋਂ ਉਮੀਦ ਰੱਖ? ਨਵੀਂ ਪੰਚਾਇਤ ਤੋਂ ਸਾਨੂੰ ਪੂਰੀ ਉਮੀਦ ਆ ਕਿ ਜੇ ਸਰਕਾਰ ਪੰਚਾਇਤ ਦਾ ਸਾਥ ਦਿਓ, ਗ੍ਰਾਂਟ ਦਿਓ, ਪਿੰਡ ਪੰਚਾਇਤ ਦੇ ਨਾਲ ਚੱਲੂ, ਅਤੇ ਸਾਨੂੰ ਇਹ ਨੌਜਵਾਨ ਤੋਂ ਪੂਰੀ ਉਮੀਦ ਹੈ ਕਿ ਸਾਡੇ ਜਿਹੜੇ ਰਹਿੰਦੇ ਅਧੂਰੇ ਕੰਮ ਹੈ ਉਹਨਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਜਿਵੇਂ ਸਾਡੇ ਪਿੰਡ ਦੀ ਜਾਰੀ ਫਿਰਨੀ, ਲੋਕਾਂ ਦੇ ਸਾਰੀਆਂ ਲੋਕ ਟਾਈਲਾਂ ਨਾਲ ਬਣ ਚੁੱਕੀਆਂ, ਪਰ ਸਾਡੇ ਪਿੰਡ ਦੇ ਵਿੱਚ ਹਜੇ ਤੱਕ ਕੋਈ ਇੱਕ ਵੀ ਲੋਕ ਟਾਈਲ ਨਾਲ ਗਲੀ ਨਹੀਂ ਬਣੀ। ਉਸ ਤੋਂ ਬਾਅਦ ਖੇਡ ਵਾਸਤੇ ਸਟੇਡੀਅਮ ਨਹੀਂ ਹੈ, ਕਿਉਂਕਿ ਸਾਡੇ ਕੋਲ ਜਗ੍ਹਾ ਪਿੰਡ ਵਾਸਤੇ ਪਿੰਡ ਕੋਲ ਬਹੁਤ ਹੈ, ਲੇਕਿਨ ਸਟੇਡੀਅਮ ਨਹੀਂ ਹੈ। ਬਾਕੀ ਜਿਹੜਾ ਪਾਣੀ ਦਾ ਨਿਕਾਸ ਹੈ ਉਹ ਪਹਿਲੀ ਪੰਚਾਇਤ ਨੇ ਵੀ ਛੱਪੜ 'ਚੋਂ ਪਾਈਪਾਂ ਪਾ ਕੇ ਕੀਤਾ ਹੈ, ਪਰ ਜਿਹੜੀ ਰਹਿੰਦੀ ਕੋਈ ਕਮੀ ਹੈ ਉਹਨੂੰ ਇਹ ਪੰਚਾਇਤ ਪੂਰਾ ਕਰੂ। ਸਾਡੇ ਨਾਲ ਇੱਕ ਹੋਰ ਪਿੰਡ ਵਾਸੀ ਮੌਜੂਦ ਆ, ਉਹਨਾਂ ਤੋਂ ਪੁੱਛਦੇ ਹਾਂ। ਹਾਂਜੀ, ਕੀ ਨਾਂ ਹੈ ਤੁਹਾਡਾ? ਸੁਖਪਾਲ ਸਿੰਘ। ਸੁਖਪਾਲ ਸਿੰਘ ਜੀ, ਕੀ ਕਾਰਨ ਹੈ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਹੁਣ ਤੱਕ ਜਿਹੜਾ ਪੂਰਾ ਵਿਕਾਸ ਨਹੀਂ ਹੋਇਆ? ਪਿਛਲੀਆਂ ਸਰਕਾਰਾਂ ਵੱਲੋਂ ਗ੍ਰਾਂਟਾਂ ਪਿੰਡ ਦੀ ਪੰਚਾਇਤ ਨੇ ਨਹੀਂ ਲਿਆਉਂਦੀਆਂ, ਜਾਂ ਪਿੰਡ ਦੀ ਪੰਚਾਇਤ ਨੇ ਗ੍ਰਾਂਟਾਂ ਲਿਆਉਂਦੀਆਂ, ਲਾਈਆਂ ਨਹੀਂ ਆ, ਕੀ ਕਹਿਣਾ ਚਾਹੁੰਦੇ? ਨਹੀਂ, ਗ੍ਰਾਂਟਾਂ ਆਉਂਦੀਆਂ ਸੀ ਅਤੇ ਪਰ ਥੋੜ੍ਹੀਆਂ ਆਉਂਦੀਆਂ ਸੀ, ਜਿੰਨੀ ਕੁ ਆਉਂਦੀ ਸੀ ਉੱਨੀ ਲਾਉਂਦੇ ਰਹੇ। ਪਿੰਡ ਦਾ ਜਿਹੜਾ ਵਿਕਾਸ ਆ ਉਹ ਕਾਫੀ ਤੁਹਾਡਾ ਹੰਦੂਰਾ ਪਿਆ, ਕੀ ਕਾਰਨ ਕੀ ਹੈ? ਬਸ ਗ੍ਰਾਂਟਾਂ ਆਈਆਂ ਹੀ ਥੋੜ੍ਹੀਆਂ ਜੀ, ਤਾਂ ਕਰਕੇ ਜਿੰਨੀ ਕੁ ਆਉਂਦੀ ਸੀ ਉੱਨੀ ਲਾ ਦਿੰਦੇ ਸੀ, ਉਹਨਾਂ ਕੁ ਕਰਿਆ ਕੰਮ। ਕੀ ਕਾਰਨ ਹੈ ਕਿ ਤੁਸੀਂ ਜਿਹੜੀ ਪਿੰਡ ਦੀ ਪੰਚਾਇਤ ਆ ਉਹ ਸਰਬਸੰਮਤੀ ਨਾਲ ਚੁਣੀ ਹੈ? ਆਮ ਪਿੰਡਾਂ ਦੇ ਵਿੱਚ ਜਾ ਕੇ ਦੇਖੀਏ ਤਾਂ ਬਹੁਤ ਜਿਹੜਾ ਲੜਾਈਆਂ ਹੋ ਰਹੀਆਂ, ਤੁਸੀਂ ਸਰਬਸੰਮਤੀ ਨਾਲ ਚੁਣੀ ਹੈ, ਕਾਰਨ ਕੀ ਹੈ ਇਹਦੇ ਪਿੱਛੇ? ਅਸੀਂ ਇਸ ਕਰਕੇ ਚੁਣੀ ਹੈ ਵੀ ਜਦੋਂ ਅੱਗੇ ਵੋਟਾਂ ਪੈਂਦੀਆਂ ਸੀ ਕੁਛ ਨਾ ਕੁਛ ਫਰਕ ਪੈ ਜਾਂਦਾ ਸੀ ਆਪਸ ਵਿੱਚ, ਜਿਹੜੇ ਲੋਕ ਧੜੇ ਬਜੀ ਰੱਖਦੇ ਸੀ ਅਤੇ ਉਹ ਇਸ ਪਾਸੇ ਆਉਣ ਨਹੀਂ ਦਿੰਦੇ ਸਰਪੰਚ ਨੂੰ ਕੋਲ, ਅਤੇ ਹੁਣ ਅਸੀਂ ਫਿਰ ਇਹ ਤਾਂ ਕਰਕੇ ਸਰਬਸੰਮਤੀ ਨਾਲ ਚੁਣਦੇ ਹਾਂ ਵੀ ਸਾਰੇ ਇਕੱਠੇ ਹੋ ਕੇ ਵੀ ਇਹ ਜਿਹੜਾ ਇਹਨੂੰ ਕੋਈ ਦਿੱਕਤ ਨਾ ਹੋ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਗੁਰਵੰਤ ਸਿੰਘ ਆ ਜੀ। ਗੁਰਵੰਤ ਸਿੰਘ ਜੀ, ਤੁਸੀਂ ਆਪਦੇ ਪਿੰਡ ਦੀ ਜਿਹੜੀ ਹੈਗੀ ਹੈ ਪੰਚਾਇਤ ਨਵੀਂ ਸਰਬਸੰਮਤੀ ਨਾਲ ਚੁਣੀ ਹੈ, ਇਸ ਪੰਚਾਇਤ ਤੋਂ ਤੁਸੀਂ ਕੀ ਗਾ ਉਮੀਦਾਂ ਲਾਈਆਂ, ਵੀ ਕਿਉਂ ਸਰਬਸੰਮਤੀ ਨਾਲ ਚੁਣਿਆ ਗਿਆ? ਇਹ ਜੀ ਜਿਵੇਂ ਹੁਣ ਥਵਾਕ ਨਾਲ ਬਣਾਈ ਗਈ ਹੈ, ਇਸੇ ਤਰ੍ਹਾਂ ਗ੍ਰਾਂਟ ਆਉਂਦੀ ਰਹੇ ਅਤੇ ਕੰਮ ਕਰਦੇ ਰਹਿਣ, ਬਸ ਚੰਗੇ ਚੰਗੇ ਕੰਮ ਹੋਣ ਤਾਂ ਆਪੇ ਗਾਂਹ ਵੀ ਸਲਾਘਾ ਜਾਊਗਾ ਜੀ। ਸਾਡੇ ਨਾਲ ਇੱਕ ਨੌਜਵਾਨ ਹਾਜ਼ਰ ਹਨ, ਉਹਨਾਂ ਤੋਂ ਪੁੱਛਦੇ ਹਾਂ, ਕੀ ਨਾਂ ਜੀ ਤੁਹਾਡਾ? ਨੀਲਾ ਸਿੰਘ। ਨੀਲਾ ਸਿੰਘ ਜੀ, ਜਿਹੜਾ ਸਭ ਤੋਂ ਵੱਡੀ ਜਿਹੜੀ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਨਸ਼ੇ ਦੀ ਜਿਹੜੀ ਲੱਤ ਲੱਗੀ ਹੈ, ਨੌਜਵਾਨਾਂ ਦੇ ਵਿੱਚ ਨਸ਼ਾ ਬਹੁਤ ਜਿਹੜਾ ਪਾਇਆ ਜਾ ਰਿਹਾ, ਤੁਹਾਡੇ ਪਿੰਡ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਨਸ਼ਾ ਹੈਗਾ, ਕਿੰਨੇ ਕੁ ਜਿਹੜੇ ਨੌਜਵਾਨ ਆ ਨਸ਼ੇ ਦੇ ਆਦੀ ਹੋ ਚੁੱਕੇ ਹਨ ਜਾਂ ਨਹੀਂ? ਸਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ੇ ਦਾ ਆਦੀ ਨਹੀਂ ਗਈ, ਸਾਡੇ ਪਹਿਲਾਂ ਵੀ ਸਰਪੰਚ ਸਾਹਿਬ ਬਹੁਤ ਹੀ ਵਧੀਆ ਸੀਗੇ, ਚਾਚਾ ਜੀ ਸੀ ਮੇਰੇ ਜੀ, ਅਤੇ ਹੁਣ ਵੀ ਮੇਰਾ ਛੋਟਾ ਵੀਰ ਆ ਜੀ, ਨਸ਼ੇ ਤੋਂ ਤਾਂ ਸਾਡਾ ਪਿੰਡ ਬਹੁਤ ਹੀ ਰਹਿਤਾ ਜੀ, ਬਾਕੀ ਜਿਹੜੇ ਸਰਪੰਚ ਸਾਹਿਬ ਆ ਜੀ ਉਹਨਾਂ ਨੇ ਪਹਿਲਾਂ ਹੀ ਇਹੋ ਟੀਚਾ ਰੱਖਿਆ ਜੀ, ਅਸੀਂ ਨਸ਼ੇ ਨੂੰ ਪਿੰਡ ਦੇ ਵਿੱਚ ਬਿਲਕੁਲ ਨਹੀਂ ਵੜਨ ਦਿਆਂਗੇ ਜੀ। ਬਾਕੀ ਸਾਨੂੰ ਢਿੱਲੋਂ ਸਾਹਿਬ ਤੋਂ ਬਹੁਤ ਉਮੀਦਾਂ ਜੀ, ਕੁਸ਼ਲਦੀਪ ਸਿੰਘ ਤੋਂ ਜੀ, ਅਤੇ ਬਾਈ ਗਰਲਾਲ ਜੀ ਭਲਵਾਨ ਯੂਥ ਜੀ ਜ਼ਿਲ੍ਹਾ ਕਾਂਗਰਸ ਦੇ ਜੀ, ਉਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਜੀ, ਸਾਡੇ ਪਿੰਡ ਨੂੰ ਕਾਫੀ ਗ੍ਰਾਂਟਾਂ ਦੇਣਗੇ ਅਤੇ ਸਾਡਾ ਵੀਰ ਵੱਧ ਤੋਂ ਵੱਧ ਗ੍ਰਾਂਟਾਂ ਪਿੰਡ ਦੇ ਵਿੱਚ ਲਾਊਗਾ ਜੀ। ਪਿਛਲੀ ਪੰਚਾਇਤ ਨੇ ਤੁਸੀਂ ਆਨੇ ਮੇਰੇ ਚਾਚਾ ਜੀ ਸੀਗੇ, ਪਿਛਲੀ ਪੰਚਾਇਤ ਵੱਲੋਂ ਤੁਹਾਡੇ ਨੌਜਵਾਨਾਂ ਵਾਸਤੇ ਕੀ ਸਭ ਤੋਂ ਵੱਧ ਕੀਤਾ ਗਿਆ ਪੰਚਾਇਤ ਵੱਲੋਂ? ਸਾਨੂੰ ਕਲੱਬ ਦੇ ਦੂਜਾ ਦੋ ਸਾਡੇ ਕਲੱਬ ਨੇ ਜੀ, ਕਲੱਬ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲੀਆਂ ਜੀ, ਜਿੰਨਾ ਵੀ ਅਕਾਲੀ ਸਰਕਾਰ ਨੇ ਪੈਸੇ ਦਿੱਤੇ ਆ ਜੀ ਕਲੱਬ ਨੂੰ ਜੀ, ਉਹ ਬਹੁਤ ਸਾਰੇ ਸਾਡੇ ਪਿੰਡ ਦੇ ਵਿੱਚ ਆਏ ਆ ਜੀ, ਅਤੇ ਜਿੰਮ ਵਗੈਰਾ ਸਾਡੇ ਪਿੰਡ ਦੇ ਵਿੱਚ ਬਣਿਆ ਬਈ, ਅਤੇ ਹੋਰ ਵੀ ਕਾਫੀ ਸਾਰਾ ਕੰਮ ਹੋਇਆ ਜੀ। ਨੌਜਵਾਨ ਹੈਗੇ ਹਾਂ ਤੁਸੀਂ, ਹੁਣ ਨੌਜਵਾਨਾਂ ਵਾਸਤੇ ਅਗਲੀ ਜਿਹੜੀ ਪੰਚਾਇਤ ਤੋਂ ਕੀ ਆਸ ਹੈ ਤੁਹਾਨੂੰ, ਨੌਜਵਾਨਾਂ ਵਾਸਤੇ ਕੀ ਕਰੇ ਅਗਲੀ ਪੰਚਾਇਤ? ਸਾਨੂੰ ਬਹੁਤ ਸਾਰੀਆਂ ਉਮੀਦਾਂ ਜੀ ਸਰਕਾਰ ਤੋਂ ਹੀ ਆ ਜੀ, ਅਤੇ ਨੌਜਵਾਨਾਂ ਨੂੰ ਤਾਂ ਵੱਧ ਤੋਂ ਵੱਧ ਸਾਡੇ ਪਿੰਡ ਖੇਡਾਂ ਦੇ ਵਿੱਚ ਵੀ ਕਾਫੀ ਮੁੰਡੇ ਹਨ ਜੀ ਜਿਹੜੇ ਗੇਮਾਂ ਦੇ ਵਿੱਚ ਹਨ ਜੀ, ਬਾਕੀ ਸਾਰੇ ਮੁੰਡੇ ਨਸ਼ੇ ਤੋਂ ਤਾਂ ਰਹਿਤਾ ਜੀ, ਅਤੇ ਬਾਕੀ ਬਹੁਤ ਸਾਰੀਆਂ ਉਮੀਦਾਂ ਜੀ ਲਈ ਵੀਰ ਤੋਂ ਜੀ, ਸਾਨੂੰ ਅਸੀਂ ਤਾਂ ਹੀ ਇਹਨੂੰ ਸਰਬਸੰਮਤੀ ਨਾਲ ਪਿੰਡ ਨੇ ਸਰਪੰਚ ਬਣਾਇਆ ਜੀ, ਇਹ ਵੱਧ ਤੋਂ ਵੱਧ ਮੁੰਡਿਆਂ ਨੂੰ ਸਹਿਯੋਗ ਦੇਣ ਜੀ, ਗੇਮਾਂ ਵੱਲ ਧਿਆਨ ਦੇਣ ਜੀ, ਬਾਕੀ ਸਰਕਾਰ ਤੋਂ ਕਾਫੀ ਸਾਨੂੰ ਉਮੀਦਾਂ ਜੀ, ਉਹ ਨਸ਼ੇ ਤੋਂ ਤਾਂ ਬੰਦ ਕਰਾਈ ਜਾਂਦੇ ਜੀ ਕੈਪਟਨ ਸਾਹਿਬ, ਅਤੇ ਬਾਕੀ ਠੀਕ ਹੈ ਜੀ ਸਰ, ਓਕੇ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਤੁਹਾਡਾ? ਸ਼ਿੰਦਰ ਸਿੰਘ ਜੀ। ਸ਼ਿੰਦਰ ਸਿੰਘ ਜੀ, ਜਿਹੜੀ ਪਿਛਲੀ ਪੰਚਾਇਤ ਸਰਕਾਰ ਵੱਲੋਂ ਵੀ ਜਿਹੜੀ ਸਘਨ ਸਕੀਮਾਂ ਵੀ ਜਿਹੜੀ ਕਾਫੀ ਜਿਹੜੀ ਹੈ ਸਹੂਲਤਾਂ ਦਿੱਤੀਆਂ ਜਾ ਰਹੀਆਂ, ਔਰ ਪੈਨਸ਼ਨਾਂ ਦੀਆਂ ਵੀ ਜਿਹੜੀਆਂ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ, ਤੁਹਾਨੂੰ ਤੁਹਾਡੀ ਪੰਚਾਇਤ ਵੱਲੋਂ ਸਾਰੇ ਪਿੰਡ ਵਾਸਤੇ ਕੀ ਇਹ ਪੈਨਸ਼ਨਾਂ ਮੁਹੱਈਆ ਕਰਵਾਈਆਂ ਗਈਆਂ ਜਾਂ ਸਘਨ ਸਕੀਮਾਂ, ਕੀ ਕਹਿਣਾ ਚਾਹੁੰਦੇ? ਇਹ ਮਿਲਦੀਆਂ ਰਹੀਆਂ ਜਿਵੇਂ ਜਿਵੇਂ ਆਉਂਦੀਆਂ ਰਹੀਆਂ, ਗੇਤੀ ਮਿਲ ਗਈ ਛੇਤੀ ਮਿਲ ਗਈ ਆਉਂਦੀਆਂ ਰਹੀਆਂ,
ਕਿੰਨੀ ਕੁ ਪਿੰਡ ਦੇ ਵਿੱਚ ਪੈਨਸ਼ਨਾਂ ਲੱਗੀਆਂ, ਕਿੰਨੀਆਂ ਕੁ ਜਿਹੜੇ ਸਗਨ ਮਿਲੇ? ਸਗਨ ਤਾਂ ਜੀ ਜੋ ਵਿਆਹ ਹੁੰਦਾ ਉਹੀ ਮਿਲਣਾ, ਜੇ ਕਿਸੇ ਦਾ ਗਰੀਬ ਦੀ ਲੜਕੀ ਦਾ ਸ਼ਾਦੀ ਹੁੰਦੀ ਆ, ਮੈਂ ਖੁਦ ਕੀਤਾ, ਸਾਨੂੰ ਵੀ ਦਿੱਕਤ ਪਈ, ਮਿਲ ਗਿਆ ਸੀ ਵਧੀਆ, ਅਤੇ ਬਾਕੀ ਕੋਈ ਰੇਖਾ ਨਹੀਂ ਪਿਆ ਸਾਨੂੰ ਸਗਨ ਸੁਗਨ ਸਕੀਮ ਦਾ। ਅਤੇ ਆ ਜਿਹੜੀਆਂ ਕਲੋਨੀਆਂ ਇਹ ਸਾਡੀਆਂ ਤੁਰੀਆਂ ਹੋਣਗੀਆਂ, ਇਹ ਸਾਨੂੰ ਵੇਚਦੇ ਇਹਨਾਂ 'ਤੇ ਹੈਗੇ ਨੌਜਵਾਨ ਹੈਗੇ ਭੱਜ ਭਜਾ ਕੰਮ ਕਰਨਗੇ, ਅਤੇ ਵੀ ਇਹ ਜ਼ਰੂਰ ਸਾਡਾ ਫਾਇਦਾ ਕਰਨਗੇ ਬਹੁਤ ਜ਼ਿਆਦਾ। ਕੋਈ ਬੋਰ ਗਿਆ ਸਿੱਖ ਵਿਹੜਾ, ਸਾਡਾ ਵਿਹੜਾ, ਪਿੰਡ ਸਾਰਾ ਸਾਰਾ ਇੱਕ ਤੜੇ ਹੋ ਕੇ ਅਤੇ ਰਮਨ ਸਿੰਘ ਦੇ ਹੱਥ ਧਰਿਆ, ਇਹ ਤਾਂ ਬਹੁਤ ਵੱਡੀ ਸਾਰੀ ਮਿਹਰ ਆ। ਪਹਿਲਾਂ ਵੀ ਬੰਦਾ ਬਹੁਤ ਲਿਜਿਤ ਵਾਲਾ ਹੈ। ਜੇ ਦੇਖਿਆ ਜਾਵੇ ਤਾਂ ਆਮ ਪਿੰਡਾਂ ਦੇ ਵਿੱਚ ਤਾਂ ਕਾਫੀ ਜਿਹੜੀ ਹੈਗੀ ਹੈ, ਜਿਵੇਂ ਆਪਾਂ ਕਹਿ ਦਈਏ ਕੁੰਡੀਆਂ ਦੇ ਸਿੰਘ ਫਸੇ ਆ ਔਰ ਲੜਾਈਆਂ ਵੀ ਹੋ ਰਹੀਆਂ, ਅਤੇ ਤੁਹਾਡੇ ਪਿੰਡ ਨੇ ਐਡੀ ਕੀ ਹੈਗਾ ਇਹ ਨਵੀਂ ਪੰਚਾਇਤ ਜਿਹੜੀ ਸਾਂਭ ਸੰਤੀ ਨਾਲ ਬਣਾਈ? ਬਾਕੀ ਕੁੰਡੀਆਂ ਤਾਂ ਇੱਥੇ ਵੀ ਬਹੁਤ ਤਗੜੀਆਂ ਸੀਗੀਆਂ, ਇੱਥੇ ਸਿੰਘ ਨਹੀਂ ਫਸੇ, ਉਹ ਵੀ ਰਮਨ ਕਰਕੇ ਨਹੀਂ ਫਸੇ, ਕੁੰਡੀਆਂ ਇੱਥੇ ਵੀ ਬਹੁਤ ਸੀ ਤਗੜੀਆਂ, ਕੁੰਡੀ ਨਹੀਂ ਘੱਟ ਸੀ ਕੋਈ, ਬਾਕੀ ਰਮਨ ਕਰਕੇ ਹੀ ਆ। ਹੁਣ ਰਮਨ ਸਾਡਾ ਸਹਿਯੋਗ ਦੇਊਗਾ ਅਤੇ ਹੋ ਸਕਦਾ ਗਾਂਹ ਵਾਸਤੇ ਵੀ, ਜਿਵੇਂ ਅਕਾਲੀ ਦੂਜੀਆਂ ਰਾਜ ਕਰਕੇ ਕਾਂਗਰਸ 30 ਸਾਲ ਦਾ ਰਾਜ ਕਰਕੇ ਅਤੇ ਪਾਉਂਦੀ ਹੈ 30 ਸਾਲ ਸਰਪੰਚ ਕਰਜ਼ੇ, ਅਤੇ ਜੇ ਵੀ ਉਹਨਾਂ ਨੂੰ ਕਰੂਗਾ ਤਾਂ ਦੂਜੀ ਹਰੇ ਬਦਲੇ ਜਾਊਗਾ, ਅਤੇ ਸਾਡੇ ਧੜਾਂ ਦੇ ਲੱਦੀ ਜਾਣੇ। ਹਾਂਜੀ ਹਾਂਜੀ, ਕੀ ਨਾਂ ਤੁਹਾਡਾ ਜੀ? ਹਰਪਾਲ ਸਿੰਘ ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਕੰਮ ਅਧੂਰੇ ਪਏ, ਵੀ ਸਰਕਾਰ ਗਰਾਂਟ ਦੇਵੇ ਸਾਡੇ ਭਾਈ ਨੂੰ, ਅਤੇ ਅਸੀਂ ਕੰਮ ਕਰੀਏ। ਸਾਡੇ ਇੱਧਰਲੇ ਪਾਸੇ ਘਰ ਆ, ਸਾਡੇ ਮੋਟਰਸਾਈਕਲਾਂ ਦੇ ਨਟ ਵੀ ਡਿੱਗ ਪੈਂਦੇ, ਮਹੀਨੇ ਤੋਂ ਪਾਉਣੇ ਪੈਂਦੇ ਗੱਡੀਆਂ ਦੇ ਵੀ, ਹਾਂ ਫਿਰ ਨਹੀਂ ਤੁਸੀਂ ਵੇਖ ਹੀ ਆਉਂਦੇ ਆ, ਅਤੇ ਜਵਾਕ ਸਾਡੇ ਡਿੱਗ ਡਿੱਗ ਗਿੱਟੇ ਚਲਾਈ ਫਿਰਦੇ, ਗੋਡੇ ਚਲਾਈ ਫਿਰਦੇ ਆ ਜੀ। ਜੇ ਉਹ ਸੜਕ ਸਾਫ਼ ਹੋਇਆ, ਅਸੀਂ ਵੀ ਨੌਜਵਾਨ ਲੱਗ ਕੇ ਅਸੀਂ ਕੋਈ ਮਾਂਜਾ ਪੋਕਰ ਮਾਰ ਗਏ, ਕੋਈ ਸਾਫ਼ ਰੱਖੀ ਗਿਆ ਆਪਦਾ ਥਾਂ, ਅਤੇ ਬਿਲਕੁਲ ਇਹ ਸਰਕਾਰ ਨਹੀਂ ਦੇ ਰਹੀ ਸਾਨੂੰ ਇੱਕ ਕਰੰਟ। ਜਿਹੜੀ ਪਿਛਲੀ ਪੰਚਾਇਤ ਸੀਗੀ ਉਹ ਤੁਸੀਂ ਵੋਟਾਂ ਨਾਲ ਬਣੀ ਆ, ਪਿਛਲੀ ਜਿਹੜੀ ਪੰਚਾਇਤ ਸੀਗੀ ਉਸ ਪੰਚਾਇਤ ਨੇ ਜਿਹੜਾ ਵੋਟਾਂ ਨਾਲ ਚੁਣੀ ਸੀਗੀ, ਉਹਦੇ ਕਿੰਨਾ ਕੁ ਜਿਹੜਾ ਪਿੰਡ ਦਾ ਵਿਕਾਸ ਕੀਤਾ? ਪਿੰਡ ਦਾ ਵਿਕਾਸ ਤਾਂ ਗਰਾਂਟ ਦੇ ਹਿਸਾਬ ਨਾਲ, ਜਿੰਨੀ ਗਰਾਂਟ ਆਈ ਉਨਾ ਵਧੀਆ ਕੀਤਾ, ਮੈਂ ਆਪ ਅਸੀਂ ਮੈਂਬਰ ਸੀ। ਕਿ ਸਰਕਾਰ ਤੋਂ ਕਿੰਨੀਆਂ ਕੁ ਗਰਾਂਟਾਂ ਲਈਆਂ ਔਰ ਪਿੰਡ ਦੇ ਵਿੱਚ ਤੁਸੀਂ ਕਿੰਨੀਆਂ ਕੁ ਲਵਾਈਆਂ? ਤੁਸੀਂ ਪੰਚਾਇਤ ਮੈਂਬਰ ਸੀਗੇ ਪਿਛਲੀ ਸਰਕਾਰ ਦੇ ਵਿੱਚ, ਪਰ ਪਿੰਡ ਦਾ ਜਿਹੜਾ ਅਸੀਂ ਦੇਖਿਆ ਵਿਕਾਸ ਜਿਹੜਾ ਬਹੁਤ ਅਧੂਰਾ ਪਿਆ, ਕਾਫੀ ਜਿਹੜਾ ਵਿਕਾਸ ਹੋਣ ਵਾਲਾ, ਕੀ ਕਾਰਨ ਹੈ? ਕਾਰਨ ਇਹ ਹੈ ਜੀ, ਮਤਲਬ ਗਰਾਂਟਾਂ ਥੋੜ੍ਹੀਆਂ ਥੋੜ੍ਹੀਆਂ ਹੁੰਦੀਆਂ ਸੀ, ਜਿੰਨੀਆਂ ਹੁੰਦੀਆਂ ਸੀ ਉਨੀਆਂ ਲਾ ਦਿੰਦੇ ਸੀਗੇ, ਬਸ ਆਹ ਹੀ ਕਾਰਨ। ਹੋਰ ਵੀ ਜੇ ਗਰਾਂਟ ਤਕੜੀ ਗਰਾਂਟ ਦੇਣ ਤਾਂ ਮਤਲਬ ਵੀ ਆਪੇ ਇੱਕ ਵਾਰੀ ਆਪਾਂ ਨਿਬੜ ਜੇ। ਹਾਂ, ਸਰਕਾਰ ਗਰਾਂਟ ਨਹੀਂ ਦੇ ਰਹੀ ਆ, ਪੰਚਾਇਤਾਂ ਵੀ ਕੀ ਕਰਨ ਇੱਥੇ? ਨਵੀਂ ਜਿਹੜੀ ਪੰਚਾਇਤ ਤੁਸੀਂ ਸਰਬਸੰਮਤੀ ਨਾਲ ਸਾਰੇ ਪਿੰਡ ਨਾਲ ਬਣਾਏ ਆ, ਇਹ ਤੋਂ ਹੁਣ ਤੁਹਾਡੀ ਕੀ ਆਸ ਰੱਖਦੇ ਹੋ? ਅਸੀਂ ਪੂਰੀ ਆਸ ਰੱਖਦੇ ਹਾਂ ਜੀ ਵੀ ਰਮਨ ਸਿੰਘ ਪੂਰਾ ਕੰਮ ਵਧੀਆ ਕਰੂਗਾ, ਢਿੱਲੋਂ ਸਾਹਿਬ ਨੂੰ ਵਧੀਆ ਸਾਥ ਦੇਣਗੇ ਸਾਨੂੰ ਜੀ। ਇਹ ਸੀ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਪਿੰਡੀ ਬਲੋਚਾਂ ਦੇ ਵਿੱਚ ਜਿਹੜਾ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿਹੜਾ ਪਿਛਲੀ ਪੰਚਾਇਤ ਆ ਜਿਹੜੇ ਉਹਨੇ ਵੀ ਕਾਫੀ ਜਿਹੜੀਆਂ ਜਿੰਨੀਆਂ ਕੁ ਗਰਾਂਟਾਂ ਮਿਲੀਆਂ ਪਿੰਡ ਦਾ ਵਿਕਾਸ ਕੀਤਾ, ਪਰ ਦੇਖਿਆ ਜਾਵੇ ਕਿ ਪਿੰਡ ਦਾ ਵਿਕਾਸ ਆ ਜਿਹੜਾ ਕਾਫੀ ਹੋਣ ਵਾਲਾ। ਨਾਲ ਹੀ ਅਸੀਂ ਔਰਤਾਂ ਦੇ ਨਾਲ ਵੀ ਇੱਥੋਂ ਦੀਆਂ ਗੱਲ ਕੀਤੀਆਂ, ਉਹਨਾਂ ਨੇ ਵੀ ਜਿਹੜੀਆਂ ਆਪਦੀਆਂ ਸਮੱਸਿਆਵਾਂ ਦੱਸੀਆਂ, ਹੋਰ ਵੀ ਦੱਸੀਆਂ। ਇਹ ਸੀ ਪਿੰਡ ਪਿੰਡੀ ਬਲੋਚਾਂ, ਅਗਲੀ ਵਾਰ ਤੁਹਾਨੂੰ ਇੱਕ ਹੋਰ ਨਵੇਂ ਪਿੰਡ ਦੇ ਵਿੱਚ ਜਿਹੜੀ ਲੈ ਕੇ ਜਾਵਾਂਗੇ ਉਸ ਪਿੰਡ ਦੀਆਂ ਸਮੱਸਿਆਵਾਂ ਸੁਣਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਗੁਰਜੀਤ ਰਮਾਣਾ, ਲਿਵਿੰਗ ਇੰਡੀਆ ਨਿਊਜ਼।